ਧਰਮ ਦੀ ਮੁੱਖ ਸੰਸਥਾ SGPC ਜਿਸ ਦੀਆਂ ਵੋਟਾਂ ਬਣਾਈਆਂ ਜਾ ਰਹੀਆਂ ਹਨ, ਇਹ ਵੋਟਾਂ ਕਿਵੇਂ ਬਣਾ ਸਕਦੇ ਹਾਂ ਅਤੇ ਇਸ ਦੇ ਲਈ ਫਾਰਮ ਕਿੱਥੋਂ ਮਿਲਦੇ ਆ ਅਤੇ ਕਿੱਥੋਂ ਤੱਕ ਅਪਲਾਈ ਕਰਨੇ ਆ, ਸਾਰੇ ਇਸ ਵੀਡੀਓ ਵਿੱਚ ਤੁਹਾਨੂੰ ਜਾਣਕਾਰੀ ਮਿਲੂਗੀ। ਅਤੇ ਉਸ ਤੋਂ ਪਹਿਲਾਂ ਤੁਹਾਨੂੰ ਕੀ ਲੱਗਦਾ ਕਿ ਇਹ SGPC ਦੀਆਂ ਵੋਟਾਂ ਹੁਣ ਬਣਾਉਣੀਆਂ ਜ਼ਰੂਰੀ ਹਨ, ਜਾਂ ਤੁਹਾਨੂੰ ਕੀ ਲੱਗਦਾ ਕਿ ਇਹ ਸੰਸਥਾ ਸਹੀ ਚਲਾਈ ਜਾ ਰਹੀ ਹੈ, ਜਾਂ ਫਿਰ SGPC ਦੀਆਂ ਵੋਟਾਂ ਬਣਾ ਕੇ ਉਸਨੂੰ ਚੇਂਜ ਕਰਨਾ ਚਾਹੀਦਾ? ਕਮੈਂਟ ਵਿੱਚ ਆਪਣੀ ਰਾਏ ਜ਼ਰੂਰ ਦੱਸਿਓ ਅਤੇ ਹੱਥ ਜੋੜ ਕੇ ਬੇਨਤੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਅਤੇ ਹੁਣ ਦੇਖਦੇ ਹਾਂ ਇਸ ਵੀਡੀਓ ਨੂੰ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਸਰਵਉੱਚ ਸੰਸਥਾ, ਉਹਦੀਆਂ ਚੋਣਾਂ ਆ ਰਹੀਆਂ ਆ ਅਤੇ 15 ਨਵੰਬਰ ਤੱਕ ਜਿਹੜੇ ਉਹ ਫਾਰਮ ਜਿਹੜੀ ਹੈ ਵੋਟਿੰਗ ਜਿਹੜੀ ਹੈਗੀ ਆ ਉਹ ਤਿਆਰ ਹੋਣੀ ਹੈ। ਉਹਦੇ ਵਾਸਤੇ ਹਰ ਸਿੱਖ ਜਿਹੜਾ ਪੰਜਾਬ ਦਾ ਵਾਸੀ ਆ ਉਹ ਇਹਨਾਂ ਦੇ ਵਿੱਚ ਘੱਟੋ ਘੱਟ ਆਪਣੀ ਵੋਟ ਜਿਹੜੀ ਹੈ ਉਹ ਅਪਲਾਈ ਜ਼ਰੂਰ ਕਰੇ। ਅਸੀਂ ਮੁਕਤਸਰ ਸਾਹਿਬ ਇਸ ਵਕਤ ਖਲੋਤੇ ਹਾਂ ਅਤੇ ਮਨਿੰਦਰ ਸਿੰਘ ਜੀ, ਜਗਮੀਤ ਸਿੰਘ ਖੱਪਿਆਲੀ, ਵੀਰ ਸੁਖਜੀਤ ਸਿੰਘ ਜੀ, ਨਲਬਾਈ ਜੀ ਹੈਗੇ ਆ। ਤਾਂ ਇਹ ਫਾਰਮ ਕੁਛ ਕੁ ਜਿਹੜੇ ਅੱਜ ਅਸੀਂ ਤਿਆਰ ਕਰਾਏ ਤਾਂ ਕਿ ਜਿਹੜੇ ਬਹੁਤ ਸਾਰੇ ਪਰਿਵਾਰ ਹੈ ਜਿਹੜੇ ਜਿਹਨਾਂ ਤੱਕ ਫਾਰਮ ਹੀ ਨਹੀਂ ਪਹੁੰਚ ਰਹੇ, ਕਈਆਂ ਨੂੰ ਪਤਾ ਨਹੀਂ ਕਿੱਥੋਂ ਮਿਲਣੇ ਆ, ਤਾਂ ਤੁਸੀਂ ਆਪਣੇ ਇਲਾਕੇ ਦੇ ਪਟਵਾਰੀ, DC ਦਫ਼ਤਰ, ਨਗਰ ਕੌਂਸਲ, ਸਰਕਾਰੀ ਅਦਾਰਿਆਂ ਦੇ ਵਿੱਚੋਂ ਤਕਰੀਬਨ ਹਰ ਇੱਕ ਜਗ੍ਹਾ ਤੋਂ ਫਾਰਮ ਮਿਲ ਰਹੇ ਆ। ਮੁਕਤਸਰ ਸਾਹਿਬ ਜਿਹੜੇ ਫਾਰਮ ਆ ਇਹ ਜਲਾਲਾਂਵਾਲ ਰੋਡ 'ਤੇ ਜਗਮੀਤ ਸਿੰਘ ਖੱਪਿਆਲੀ ਦੀ ਲੈਬੋਰਟਰੀ ਆ, ਖਾਲਸਾ ਲੈਬੋਰਟਰੀ, ਜਾਂ ਮੈਟਰੋ ਆਇਲਸ ਇੰਸਟੀਚਿਊਟ ਆ, ਜਾਂ ਮਨਿੰਦਰ ਸਿੰਘ ਹੋਣੀ ਆ, ਇਹਨਾਂ ਤੋਂ ਜਿਹੜਾ ਹੈਗਾ ਤੁਸੀਂ ਉਹ ਪ੍ਰਾਪਤ ਕਰ ਸਕਦੇ ਹੋ। ਕੋਈ ਹੋਰ ਤੁਸੀਂ ਸਿੱਖਾਂ ਦੇ ਪੁੱਤ ਦੀ, ਧੀ ਦੀ, ਮਾਈ ਭਾਈ ਦੀ, ਹਰ ਇੱਕ ਦੀ ਜਿਹੜੀ ਵੋਟ ਜ਼ਰੂਰੀ ਹੈ। ਇਹ ਫਾਰਮ ਆ ਤੁਸੀਂ ਦੇਖ ਸਕਦੇ ਹੋ, ਬੜਾ ਸਾਦਾ ਜਿਹਾ ਫਾਰਮ ਆ, ਇਹਨੂੰ ਕੇਵਲ ਤੇ ਕੇਵਲ ਉਹੀ ਬੰਦਾ ਭਰ ਸਕਦਾ ਜਿਹੜਾ ਸਾਬਤ ਸੂਰਤ ਆ, ਜਿਹੜਾ ਪਤਿਤ ਨਹੀਂਗਾ, ਜਿਹੜਾ ਹੈਗਾ ਕਿਸੇ ਤਰ੍ਹਾਂ ਦਾ ਨਸ਼ਾ ਨਹੀਂ ਖਾਂਦਾ ਔਰ ਗੁਰੂ ਗ੍ਰੰਥ ਸਾਹਿਬ ਨੂੰ ਜਿਹੜਾ ਉਹ ਆਪਣਾ ਗੁਰੂ ਮੰਨਦਾ।